ਵਿਰੋਧੀ ਧਿਰ ਦੇ ਨੇਤਾ ਦੀ ਕੁਰਸੀ ਤਾਂ ਮਿਲੀ ਪਰ ਨਹੀਂ ਮਿਲਿਆ ਚਮਕਦਾ ਠਮਕਦਾ ਆਲੀਸ਼ਾਨ ਮਕਾਨ। ਕੁਝ ਅਜਿਹੇ ਹਾਲਾਤਾਂ ਤੋਂ ਪੀੜਿਤ ਨੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਜੋ ਕਿ ਕਾਂਗਰਸ ਸਰਕਾਰ ਕੋਲੋਂ ਗੁਹਾਰ ਲਗਾ ਰਹੇ ਨੇ ਕਿ ਉਹਨਾਂ ਨੂੰ ਰਹਿਣ ਲਈ ਚੰਡੀਗੜ੍ਹ 'ਚ ਸਹੂਲਤਾਂ ਭਰਿਆ ਮਕਾਨ ਮਿਲੇ, ਕਿਉਂਕਿ ਮੌਜੂਦਾ ਮਕਾਨ ਦੀ ਹਾਲਤ ਬਹੁਤ ਖਸਤਾ ਹੈ ਜਿਸ ਦੀ ਰਿਪੇਅਰ ਨੂੰ ਵੀ 6 ਮਹੀਨੇ ਲੱਗ ਸਕਦੇ ਨੇ। ਇਹ ਕਹਿਣਾ ਹਰਪਾਲ ਚੀਮਾ ਦਾ। ਉਹਨਾਂ ਨੇ ਇਹ ਵੀ ਕਿਹਾ ਕਿ ਇੱਦਾਂ ਨਾ ਹੋਵੇ ਕਿ ਕਿਤੇ ਵਿਰੋਧੀ ਧਿਰ ਦੇ ਨੇਤਾ ਨੂੰ ਟੈਂਟ ਲਗਾ ਕੇ ਹੀ ਰਹਿਣਾ ਪਵੇ। ਦੇਖੋ ਜੀ, ਮੈਨੂੰ 956 ਨੰਬਰ ਮਕਾਨ ਅਲਾਟ ਕੀਤਾ ਗਿਆ ਹੈਗਾ, ਪਰ ਲੇਕਿਨ ਉਸ ਮਕਾਨ 'ਚ ਜਾ ਕੇ ਦੇਖਿਆ ਜਾਵੇ, ਤੁਸੀਂ ਵੀ ਜਾ ਕੇ ਦੇਖ ਸਕਦੇ ਹੋ, ਤੇ ਰਹਿਣ ਦੇ ਯੋਗ ਨਹੀਂ ਹੈਗਾ। ਘੱਟੋ ਘੱਟ ਉਹਨੂੰ 6 ਮਹੀਨੇ ਉਹਦੀ ਰਿਪੇਅਰ ਦੀ ਲੱਗ ਜਾਣਗੇ। ਮੈਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੈਨੂੰ 6 ਮਹੀਨੇ ਲਈ ਘੱਟੋ ਘੱਟ ਮੈਨੂੰ ਬਦਲਵਾਂ ਕਰ ਦਿੱਤਾ ਜਾਵੇ, ਜਿੱਥੇ ਕਿ ਸਾਰਾ ਸਟਾਫ ਦਾ ਵੀ ਕੰਮ ਹੋ ਸਕੇ ਅਤੇ ਆਮ ਜਿਹੜੀ ਜਨਤਾ ਪੰਜਾਬ 'ਚੋਂ ਵੱਖ ਵੱਖ ਹਿੱਸਿਆਂ 'ਚੋਂ ਆਊਗੀ, ਉਹ ਸਾਰਿਆਂ ਦਾ ਕੰਮ ਹੋ ਸਕੇ। ਦੇਖੋ, ਵਿਰੋਧੀ ਧਿਰ ਜਿਹੜਾ ਪਦਵੀ ਆ ਉਹ ਬਹੁਤ ਵੱਡੀ ਹੈਗੀ, ਪਰ ਸਰਕਾਰ ਨੂੰ ਚਾਹੀਦਾ ਸੀ 2 ਜਿਹੜਾ ਸੈਕਟਰਾਂ 'ਚ ਦੇਣਾ ਚਾਹੀਦਾ ਸੀ, ਪਰ ਸਰਕਾਰ ਨੇ 16 ਵਾਲੀ ਜਾ ਕੇ ਹੁਣ 39 'ਚ ਕਰਤਾ। ਮੈਨੂੰ ਲੱਗਦਾ ਵੀ ਹੌਲੀ ਹੌਲੀ ਕਿਤੇ ਇਹ ਨਾ ਹੋਵੇ ਜਿਹੜਾ ਵਿਰੋਧੀ ਧਿਰ ਦਾ ਲੀਡਰ ਆ ਉਹਨੂੰ ਟੈਂਟ ਲਾਉਣਾ ਪੈ ਜਾਵੇ। ਇਹ ਹਾਲਾਤ ਬਣੇ ਪਏ ਨੇ ਕਿ ਪੰਜਾਬ ਵਿੱਚ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਮੈਂ ਸਰਕਾਰ ਨੂੰ ਵਾਰ ਵਾਰ ਬੇਨਤੀ ਕਰਦਾ, ਪਹਿਲਾਂ ਹੀ ਬੇਨਤੀ ਕੀਤੀ ਆ ਵੀ ਘੱਟੋ ਘੱਟ ਜਿਹੜਾ ਵਿਰੋਧੀ ਧਿਰ ਦਾ ਨੇਤਾ ਗਾ ਉਹਦੀ ਅਹੁਦੇ ਦੀ ਗਰਿਮਾ ਨੂੰ ਕਾਇਮ ਰੱਖਦੇ ਹੋਏ ਉਹਨੂੰ ਅਜਿਹਾ ਕਰ ਦਿੱਤਾ ਜਾਵੇ ਜਿੱਥੇ ਆਮ ਪੰਜਾਬ ਦੇ ਲੋਕ ਆ ਸਕਣ, ਜਿੱਥੇ ਆਮ ਪੰਜਾਬ ਦੇ ਲੋਕ ਗੱਲ ਕਰ ਸਕਣ, ਆਪਣੀ ਗੱਲ ਸਰਕਾਰ ਤੱਕ ਪਹੁੰਚਾ ਸਕਣ।